ਸਾਰਿਆਂ ਦਾ ਸਤਿ ਸ਼੍ਰੀ ਅਕਾਲ ਅਤੇ ਅਦਾਬ ਵਾਗਤ ਹੈ। ਸੋ ਦੋਸਤੋ, ਪ੍ਰਾਚੀਨ ਮੰਦਰ ਹੈ ਇੱਕ, ਜਿਹਦੇ ਵਿੱਚ ਕੱਲ੍ਹ ਸ਼ਿਵਲਿੰਗ ਨਿਕਲੇ ਨੇ। ਲਗਭਗ ਇਹ 5 ਸ਼ਿਵਲਿੰਗ ਜਿਹੜੇ ਆ ਇਸ ਮੰਦਰ 'ਚੋਂ ਨਿਕਲੇ ਨੇ, ਨਾਲ ਦੀ ਨਾਲ ਸੰਖ ਨਿਕਲਿਆ ਹੈ ਅਤੇ ਕੁਝ ਕੁਆਇਨ ਵੀ ਨਿਕਲੇ ਨੇ। ਆਓ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ, ਨਾਲ ਦੀ ਨਾਲ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਉਹਨਾਂ ਸ਼ਿਵਲਿੰਗਾਂ ਦੇ, ਅਤੇ ਜਾਣਾਂਗੇ ਕਿ ਇਹ ਕਿਸ ਸਮੇਂ ਕਿਹੜਾ ਸਮਾਂ ਸੀ ਜਦੋਂ ਇਹ ਸ਼ਿਵਲਿੰਗ ਨਿਕਲੇ। ਅਸੀਂ ਮੰਦਰ ਦੇ ਵਿੱਚ ਪਹੁੰਚ ਚੁੱਕੇ ਹਾਂ, ਸੋ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ ਸਰ, ਕੀ ਨਾਮ ਹੈ ਜੀ? ਹਰਵਿੰਦਰ ਸਿੰਘ ਜੀ। ਕੀ ਕਹਿਣਾ ਚਾਹੋਗੇ, ਕਿਸ ਸਮੇਂ ਜਿਹੜੇ ਆ ਸ਼ਿਵਲਿੰਗ ਜਿਹੜੇ ਆ ਨਿਕਲੇ ਆ ਸਰ? ਸਰ, ਅਸੀਂ ਨਾ 4 ਕੁ ਦਿਨ ਪਹਿਲਾਂ ਸਾਡੇ ਬਾਹਰ ਪੁਰਾਣਾ ਸ਼ਿਵਾਲਿਆ ਸੀ ਇੱਕ, ਉਹ ਸ਼ਿਵਾਲਿਆ ਖੰਡਿਤ ਹੋ ਚੁੱਕਾ ਸੀਗਾ। ਅਸੀਂ ਜੰਗਮ ਬੁਲਾ ਕੇ, ਪੰਡਿਤ ਬੁਲਾ ਕੇ, ਪੂਜਾ ਪਾਠ ਦੁਆਰਾ ਉਹ ਸ਼ਿਵਲਿੰਗ ਉਠਾ ਤਾ ਅਤੇ ਉਹ ਫਿਰ ਅਸੀਂ ਉਹ ਸ਼ਿਵਲਿੰਗ ਜਲ ਪ੍ਰਵਾਹ ਕਰਤਾ ਜੀ। ਜਿਸ ਦਿਨ ਉਹ ਸ਼ਿਵਲਿੰਗ ਅਸੀਂ ਇੱਥੋਂ ਉਠਾਇਆ ਤਾਂ ਉਸ ਦਿਨ ਥੱਲਿਓਂ ਨਾਗ ਅਤੇ ਨਾਗਨ ਦਾ ਜੋੜਾ ਨਿਕਲਿਆ ਜੀ, ਜੋ ਆ ਕੇ ਇੱਕ ਬਾਹਰ ਸ਼ੈੱਡ 'ਤੇ ਬੈਠ ਗਿਆ ਅਤੇ ਇੱਕ ਪਿੱਛੇ ਮੰਦਰ 'ਚ ਬਹਿ ਗਿਆ, ਜਿਸ ਦੀ ਵੀਡੀਓ ਸਾਡੇ ਕੋਲ ਹੈ ਜੀ, ਲਾਈਵ ਵੀ ਪਾਈ ਸੀ ਜੀ। ਅਤੇ ਉਹ ਅਸੀਂ ਨਾਗ ਜੀ ਸਪੇਰੇ ਨੂੰ ਬੁਲਾ ਕੇ ਫੜਾ ਦਿੱਤੇ ਅਤੇ ਸਪੇਰੇ ਕੋਲ ਅਸੀਂ ਵਾਪਸ ਲੈ ਲਏ ਵੀ ਅਸੀਂ ਆਪ ਛੱਡਾਂਗੇ ਤੈਨੂੰ ਨਹੀਂ ਦੇਣੇ, ਅਤੇ ਸਪੇਰੇ ਕੋਲ ਅਸੀਂ ਵਾਪਸ ਲੈ ਲਏ ਵੀ ਅਸੀਂ ਆਪ ਛੱਡਾਂਗੇ ਤੈਨੂੰ ਨਹੀਂ ਦੇਣੇ। ਅਤੇ ਉਹ ਸਾਨੂੰ ਦਿੰਦਾ ਨਹੀਂ ਸੀ, ਚਲੋ ਰਿਕੁਐਸਟ ਕੀਤੀ ਉਹਨੇ ਸਾਨੂੰ ਦੇ ਦਿੱਤੇ, ਅਸੀਂ ਆਪ ਜਾ ਕੇ ਦੁਰਾਹੇ ਦੇ ਜੰਗਲਾਂ 'ਚ ਛੱਡ ਕੇ ਆਏ ਹਾਂ ਵੀ ਤਾਂ ਜੋ ਸੇਫ ਰਹਿਣ, ਕੋਈ ਇਹਨਾਂ ਨੂੰ ਨੁਕਸਾਨ ਨਾ ਪਹੁੰਚੇ। ਉਸ ਤੋਂ ਬਾਅਦ ਅਸੀਂ ਵੀ ਨਾ ਸ਼ਿਵਾਲੇ ਮੰਗਾਇਆ ਸੀ ਜੀ ਜੈਪੁਰ ਤੋਂ, ਵੀ ਇਹ ਸਥਾਪਿਤ ਕਰਨਾ ਸੀ ਜਿਹੜਾ ਵੱਡਾ ਸ਼ਿਵਲਿੰਗ। ਸੋ ਦੋਸਤੋ, ਇੱਕ ਵਾਰ ਤਸਵੀਰਾਂ ਫਿਰ ਦਿਖਾ ਦਿੰਦੇ ਹਾਂ। ਬਹੁਤ ਹੀ ਅਦਭੁਤ ਨਜ਼ਾਰਾ ਆ, ਕੁਦਰਤ ਦਾ ਕ੍ਰਿਸ਼ਮਾ ਕਿਹਾ ਜਾਵੇ, ਅਤੇ ਉਹ ਵੀ ਕਿਸੇ ਗੱਲ ਤੋਂ ਘੱਟ ਨਹੀਂ ਆ। ਅਗਰ ਗੱਲ ਕੀਤੀ ਜਾਵੇ, ਇੱਥੇ ਤੁਹਾਨੂੰ ਅਸੀਂ ਦਿਖਾ ਰਹੇ ਨੇ ਇਹ ਜਿਹੜਾ ਸ਼ਿਵਲਿੰਗ ਸੀ ਇਹ ਮੰਗਾਇਆ ਗਿਆ ਸੀ, ਅਤੇ ਦੂਸਰੇ ਪਾਸੇ ਕੁਦਰਤ ਨੇ ਇੱਕ ਵਾਰ ਬਹੁਤ ਵੱਡਾ ਕ੍ਰਿਸ਼ਮਾ ਕੀਤਾ ਹੈ। ਜੀ ਹਾਂ, 5 ਸ਼ਿਵਲਿੰਗ ਨਿਕਲੇ ਨੇ ਇਸ ਥਾਂ 'ਤੇ, ਅਤੇ ਨਾਲ ਨਿਕਲੀ ਆ ਰੁਦਰਾਕਸ਼ ਦੀ ਮਾਲਾ। ਅਗਰ ਦੇਖਿਆ ਜਾਵੇ ਤਾਂ ਇਹ ਰੁਦਰਾਕਸ਼ ਜਿਹੜਾ ਆ ਇਹ ਬਹੁਤ ਹੀ ਕੀਮਤੀ ਹੈ, ਨਾਲ ਜਿਹੜਾ 5 ਮੁਖੀ ਸੰਖ ਨਿਕਲਿਆ ਜੋ ਕਿ ਦੁਆਪਰ ਕਾਲ ਦਾ ਦੱਸਿਆ ਜਾ ਰਿਹਾ ਆ। ਮੈਂ ਤਸਵੀਰਾਂ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਿੰਦਾ ਹਾਂ ਕਿ ਪੂਰੀਆਂ ਦਾ ਪੂਰੀ ਤਸਵੀਰਾਂ ਦੇ ਵਿੱਚ ਤੁਸੀਂ ਦਰਸ਼ਨ ਕਰ ਸਕਦੇ ਹੋ। ਅਗਰ ਗੱਲ ਕੀਤੀ ਜਾਵੇ ਤਾਂ ਇਹ ਚੀਜ਼ ਸਿਰਫ 5 ਮੁਖੀ ਸੰਖ ਤੱਕ ਹੀ ਨਹੀਂ ਰਹੀ, ਇਹਦੇ ਨਾਲ ਨਾਲ ਹੀ ਜਿਹੜਾ ਹੈਗਾ ਆ ਕੁਝ ਸਿੱਕੇ ਵੀ ਨਿਕਲੇ ਨੇ ਜੋ ਕਿ ਪੁਰਾਣੇ ਸਮੇਂ ਦੇ ਦੱਸੇ ਜਾਂਦੇ ਨੇ, ਜੋ ਬ੍ਰਿਟਿਸ਼ ਕਾਲ ਦੇ ਨੇ। ਔਰ ਦੂਸਰੇ ਪਾਸੇ ਅਗਰ ਤੁਸੀਂ ਤਸਵੀਰਾਂ 'ਚ ਖਾਸ ਦੇਖ ਸਕਦੇ ਹੋ ਤਾਂ ਓਮ, ਜੀ ਹਾਂ, ਓਮ ਦੇਖਿਆ ਜਾ ਸਕਦਾ ਆ ਇਸ ਸ਼ਿਵਲਿੰਗ ਦੇ ਉੱਤੇ, ਓਮ ਬਣਿਆ ਹੋਇਆ ਹੈ। ਅਗਰ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆਉਂਦਾ ਹੋਵੇ ਤਾਂ ਇਹਨਾਂ ਤਸਵੀਰਾਂ 'ਚ ਸਾਫ਼ ਦਿਖਦਾ ਪਿਆ ਹਰ ਜਿਹੜਾ ਸ਼ਿਵਲਿੰਗ ਹੈ ਉਹਦੇ ਉੱਤੇ ਕਿਸੇ ਨਾ ਕਿਸੇ ਥਾਂ ਦੇ ਉੱਤੇ ਓਮ ਦਾ ਨਿਸ਼ਾਨ ਜਾਂ ਤਰਸ਼ੂਲ ਦਾ ਨਿਸ਼ਾਨ ਜਿਹੜਾ ਸਾਫ਼ ਦਿਖਾਈ ਦਿੰਦਾ ਹੈ। ਅਗਰ ਗੱਲ ਕੀਤੀ ਜਾਵੇ ਇਹਨਾਂ ਤਸਵੀਰਾਂ ਦੀ ਤਾਂ ਇਹ ਐਕਸਕਲੂਸਿਵ ਤਸਵੀਰਾਂ ਨੇ ਜੋ ਕਿ ਸਿਰਫ ਤੁਸੀਂ ਦੇਖ ਰਹੇ ਹੋ ਲੁਧਿਆਣਾ ਵਿਊ 'ਤੇ। ਅਗਰ ਗੱਲ ਕੀਤੀ ਜਾਵੇ ਇਹਨਾਂ ਤਸਵੀਰਾਂ ਦੀ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦਰਸ਼ਨ ਕਰ ਰਹੇ ਹੋ ਜਿਹੜਾ ਕਿ ਹੁਣੇ ਹੁਣੇ, ਜੀ ਹਾਂ, ਥੋੜ੍ਹੇ ਸਮੇਂ ਪਹਿਲਾਂ ਹੀ ਜਿਹੜੇ ਸ਼ਿਵਲਿੰਗ ਨਿਕਲੇ ਨੇ ਧਰਤੀ ਦੀ ਖੁਦਾਈ ਤੋਂ। ਜਿਹੜੇ ਦਰਸ਼ਕ ਹੁਣੇ ਜੁੜੇ ਉਹਨਾਂ ਨੂੰ ਦੱਸ ਦਈਏ ਕਿ ਧਰਤੀ ਦੀ ਖੁਦਾਈ 'ਚੋਂ ਇਹ ਨਿਕਲਿਆ। ਇੱਥੇ ਓਮ ਦਾ ਆਕਾਰ, ਜੀ ਹਾਂ, ਓਮ ਦੇ ਆਕਾਰ ਦਾ ਸ਼ਿਵਲਿੰਗ ਦਿਖਾਇਆ ਜਾ ਰਿਹਾ। ਅਗਰ ਗੱਲ ਕੀਤੀ ਜਾਵੇ ਤਾਂ ਧਰਤੀ ਦੀ ਖੁਦਾਈ ਹੋਈ, ਉੱਥੇ ਪਹਿਲਾਂ ਵੀ ਸ਼ਿਵਲਿੰਗ ਲੱਗਿਆ ਹੋਇਆ ਸੀ, ਪਰ ਅਚਾਨਕ ਜਦੋਂ ਖੁਦਾਈ ਦੇ ਨੀਚੇ ਦੇਖਿਆ ਜਾਂਦਾ ਹੈ ਤਾਂ ਇੱਕ ਤੋਂ ਬਾਅਦ ਇੱਕ ਲਗਾਤਾਰ 5 ਸ਼ਿਵਲਿੰਗ ਨਿਕਲਦੇ ਨੇ, ਨਾਲ ਹੀ ਸੱਪਾਂ ਦਾ ਜੋੜਾ ਨਿਕਲਦਾ ਹੈ, ਨਾਲ ਇੱਕ ਰੁਦਰਾਕਸ਼ ਦੀ ਮਾਲਾ ਨਿਕਲਦੀ ਹੈ, ਅਤੇ ਨਾਲ ਹੀ 5 ਮੁਖੀ ਸੰਖ ਜੋ ਕਿ ਦੁਆਪਰ ਕਾਲ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਜਿਹੜਾ ਲੁਧਿਆਣਾ ਵਿਊ ਹੈ ਇਹਦੀ ਪੁਸ਼ਟੀ ਨਹੀਂ ਕਰ ਸਕਦਾ ਕਿ ਇਹ ਦੁਆਪਰ ਕਾਲ ਦਾ ਹੈ ਕਿ ਨਹੀਂ, ਪਰ ਇੰਨਾ ਜ਼ਰੂਰ ਹੈ ਕਿ ਇਹ ਕੁਦਰਤ ਦੇ ਕ੍ਰਿਸ਼ਮੇ ਤੋਂ ਘੱਟ ਨਹੀਂ। ਲੋਕਾਂ ਦਾ ਤਾਤਾ ਲੱਗਿਆ ਹੋਇਆ, ਬਹੁਤ ਭੀੜ ਦੇਖੀ ਜਾ ਰਹੀ ਹੈ, ਤੁਸੀਂ ਦੇਖ ਸਕਦੇ ਹੋ ਕਿੱਦਾਂ ਤਰਸ਼ੂਲ ਦਿਖ ਰਿਹਾ ਆ। ਅਗਰ ਗੱਲ ਕੀਤੀ ਜਾਵੇ ਇਹਨਾਂ ਸ਼ਿਵਲਿੰਗਾਂ ਦੀ ਤਾਂ ਇਹਨਾਂ ਨੂੰ ਮੰਦਰ ਦੇ ਵਿੱਚ ਸਥਾਪਿਤ ਕੀਤਾ ਗਿਆ ਆ, ਔਰ ਉਸ ਤੋਂ ਬਾਅਦ ਲਗਾਤਾਰ ਦੂਰੋਂ ਦੂਰੋਂ ਜਿਹੜੇ ਨੇ ਭਗਤ ਆ ਰਹੇ ਨੇ, ਲਗਾਤਾਰ ਜਿਹੜੇ ਨੇ ਇਹ 5 ਸ਼ਿਵਲਿੰਗਾਂ ਦੇ ਦਰਸ਼ਨ ਕਰ ਰਹੇ ਨੇ। ਅਗਰ ਗੱਲ ਕੀਤੀ ਜਾਵੇ ਇਹਨਾਂ ਸ਼ਿਵਲਿੰਗਾਂ, ਅਗਰ ਕਿਸੇ ਇਤਿਹਾਸਕਾਰ ਜਾਂ ਕਿਸੇ ਨੂੰ ਤੁਸੀਂ ਖੋਜਕਰਤਾ ਨੂੰ ਬੁਲਾਇਆ ਆ ਤਾਂ ਕੀ ਕਹਿਣਾ ਉਹਨਾਂ ਦਾ, ਕਿੰਨੇ ਸਾਲ ਪੁਰਾਣਾ ਹੈ ਸਰ?
ਇੱਥੇ ਨਾ ਪੁਰਾਣੇ ਬਜ਼ੁਰਗ ਆਏ ਸੀ ਜੀ, ਜਿਹੜੇ ਵੀ 70-80 ਸਾਲ ਦੇ ਕਰੀਬ ਸੀ ਸਾਡੇ ਏਰੀਏ ਦੇ ਨੇ। ਉਹਨਾਂ ਨੂੰ ਆ ਕੇ ਦੇਖਿਆ ਅਤੇ ਉਹਨੇ ਦੱਸਿਆ ਵੀ ਜਿਹੜੀ ਇਹ ਸ਼ਿਵਲਿੰਗ ਦੀ ਜਿਹੜੀ ਆ ਮਾਲਾ ਰੁਦਰਾਕਸ਼ ਦੀ, ਇਹ ਬੜੀ ਅਨਮੋਲ ਆ, ਅਸਲੀ ਰੁਦਰਾਕਸ਼ ਆ ਜੋ ਅੱਜ ਕੱਲ੍ਹ ਨਹੀਂ ਮਿਲਦੇ। ਜੀ ਹਾਂ, ਦੱਸਿਆ ਜਾ ਰਿਹਾ ਕਿ ਇਹ ਅਸਲੀ ਰੁਦਰਾਕਸ਼ ਹੈ। ਅਗਰ ਇਹਦੀ ਗੱਲ ਕੀਤੀ ਜਾਵੇ ਤਾਂ ਇਹਦੀ ਕੀਮਤ ਕਾਫੀ, ਅਗਰ ਇੰਟਰਨੈਸ਼ਨਲ ਮਾਰਕੀਟ 'ਚ ਵੀ ਗੱਲ ਕੀਤੀ ਜਾਵੇ, ਕਾਫੀ ਕੀਮਤੀ ਇਹ ਚੀਜ਼ਾਂ ਆ। ਸੋ ਇਸ ਮੰਦਿਰ ਦੇ ਵਿੱਚ ਨਿਕਲੀਆਂ ਨੇ, ਕਾਫੀ ਸ਼ਰਧਾ ਦਾ ਜਿਹੜਾ ਹੈਗਾ ਆ, ਇਹ ਸ਼ਰਧਾ ਦੇਖੀ ਜਾ ਸਕਦੀ ਆ ਲੋਕਾਂ ਦੀ। ਲੋਕਾਂ ਨਾਲ ਵੀ ਗੱਲ ਕਰਦੇ ਹਾਂ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜੀ ਹੈਪੀ ਠਾਕੁਰ ਹੈ। ਸਰ, ਕਦੋਂ ਪਤਾ ਲੱਗਾ ਤੁਹਾਨੂੰ? ਮੈਨੂੰ ਜੀ ਕੱਲ੍ਹ ਪਤਾ ਲੱਗਾ ਸੀਗਾ ਜੀ। ਜੀ ਜੀ। ਅਤੇ ਮੈਨੂੰ ਨਿਊਜ਼ ਕਰਨਾ ਚਾਹੁੰਦੇ ਇਸ ਮੰਦਿਰ ਦਾ ਨਾਮ ਬਣਨਾ ਚਾਹੀਦਾ ਆਲ ਵਰਲਡ ਦੇ ਵਿੱਚ, ਵਿਸਤਾਰ ਕੀਤਾ ਜਾਵੇ, ਵੱਡਾ ਕੀਤਾ ਜੀ ਮੰਦਿਰ, ਸਾਰੇ ਬੰਨੇ ਇਸ ਭਗਤਾਨ ਦਰਸ਼ਨ ਕਰਨ, ਅਤੇ ਇਹਦੀ ਵੀ ਸਥਾਪਨਾ ਵਧੀਆ ਤਰੀਕੇ ਨਾਲ ਕੀਤੀ ਜਾਵੇ। ਧੰਨਵਾਦ ਜੀ। ਜੀ ਹਾਂ, ਸੋ ਦੋਸਤੋ, ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਪ੍ਰਾਚੀਨ ਮੰਦਿਰ ਦੇ ਵਿੱਚੋਂ ਜਿਹੜੇ ਆ ਸ਼ਿਵਲਿੰਗ ਨਿਕਲੇ। ਇਸ ਤੋਂ ਬਾਅਦ ਜਿਹੜਾ ਆ ਭਗਤਾਂ ਦਾ ਤਾਂਤਾ ਲੱਗ ਗਿਆ ਆ, ਕਾਫੀ ਲੋਕ ਦੂਰੋਂ ਦੂਰੋਂ ਚੱਲ ਕੇ ਆ ਰਹੇ ਨੇ, ਸ਼ਿਵਲਿੰਗ ਦੀ ਪੂਜਾ ਕਰ ਰਹੇ ਨੇ। ਲਗਭਗ 5 ਦੀ ਗਿਣਤੀ ਦੇ ਵਿੱਚ ਸ਼ਿਵਲਿੰਗ ਨਿਕਲੇ ਨੇ। ਨਾਲ ਦੀ ਨਾਲ ਗੱਲ ਕੀਤੀ ਜਾਵੇ, ਕੁਝ ਪੁਰਾਣੇ ਸਿੱਕੇ ਅਤੇ ਰੁਦਰਾਕਸ਼ ਦੀ ਇੱਕ ਮਾਲਾ ਮਿਲੀ ਹੈ, ਇਹਦੇ ਨਾਲ ਦੀ ਨਾਲ ਹੀ ਇੱਕ ਸੰਖ ਵੀ ਮਿਲਿਆ ਆ। 5 ਮੁਖੀ ਸੰਖ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਆ, ਕਹਿ ਰਹੇ ਨੇ ਕਿ ਦੁਆਪਰ ਯੁੱਗ ਦਾ ਇਹ ਸੰਖ ਹੈ। ਸੋ ਦੋਸਤੋ, ਬਹੁਤ ਹੀ ਜਿਹੜੀ ਇਹ ਮੰਦਿਰ ਜਿਹੜਾ ਹੈਗਾ ਆ, ਬਹੁਤ ਪੁਰਾਣਾ ਦੱਸਿਆ ਜਾ ਰਿਹਾ। ਸੋ ਦੋਸਤੋ, ਦੇਖਦੇ